ਪਹਿਲਾਂ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ ਸੀਗਾ, ਪਰ ਅੱਜ ਜਦੋਂ ਆਪਣੇ ਹੱਕ ਲੈਣ ਵਾਸਤੇ ਕਿਸਾਨ ਜਿਹੜਾ ਦਿੱਲੀ ਧਰਨੇ 'ਤੇ ਬੈਠਾ, ਉਹ ਧਰਨਿਆਂ ਦੇ ਵਿੱਚ ਵੀ ਸੁਸਾਈਡ ਕਰ ਰਿਹਾ, ਚਾਹੇ ਉਹ ਭਾਵੁਕ ਹੋ ਕੇ ਕਰ ਰਿਹਾ। ਗਲਤ ਚੀਜ਼ ਹੋਣ ਲੱਗ ਗਈ ਹੈ ਧਰਨਿਆਂ ਦੇ ਉੱਤੇ, ਭਾਵੁਕ ਹੋ ਕੇ ਲੋਕ ਆਤਮ ਹੱਤਿਆ ਕਰਨ ਲੱਗ ਗਏ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਲਿੰਕਰ ਜਿਵੇਂ ਘੋੜੇ ਦੇ ਅੱਗੇ ਲੱਗਿਆ ਹੁੰਦਾ ਨਾ, ਲਾਏ ਹੁੰਦੇ ਨੇ, ਉਹ ਕਿਤੇ ਨਹੀਂ ਦੇਖ ਸਕਦਾ ਘੋੜਾ। ਅਸੀਂ ਵੀ ਇੱਕੋ ਹੀ ਪਾਸੇ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਉਹ ਬਲਿੰਕਰ ਹਟਾ ਦੇਣੇ ਚਾਹੀਦੇ ਨੇ, ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹਦੇ ਪੋਜ਼ਿਟਿਵ ਐਸਪੈਕਟ ਵੀ ਹੈਗੇ ਨੇ, ਇਹਦਾ ਇੱਕ ਦਰਵਾਜ਼ਾ ਬੰਦ ਹੋਇਆ ਨਾ, ਕਈ ਦਰਵਾਜ਼ੇ ਖੁੱਲ੍ਹੇ ਵੀ ਹੈਗੇ ਨੇ ਨਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਾਰਾ ਦਿੱਤਾ ਹੈ, ਕਰੋਗੇ ਗੱਲ ਮਿਲੇਗਾ ਹੱਲ। ਕੋਈ ਮੁਸ਼ਕਿਲ ਹੈ, ਕਿੱਡੀ ਵੱਡੀ ਮੁਸ਼ਕਿਲ ਹੈ, ਗੱਲ ਕਰੋ ਭਾਈ, ਸ਼ੇਅਰ ਕਰੋ। ਟਾਕਿੰਗ ਇਜ਼ ਹੀਲਿੰਗ, ਟਾਕਿੰਗ ਇਜ਼ ਥੈਰਾਪਿਊਟਿਕ। ਅਸੀਂ ਕਹਿੰਦੇ ਹਾਂ ਵੀ ਆਪਣਾ ਵੀ ਸੰਭਾਲ ਕਰੋ ਅਤੇ ਦੂਜਿਆਂ ਦੀ ਵੀ ਸੰਭਾਲ। ਬਿਲਕੁਲ, ਨੋ ਹੈਲਥ ਵਿਦਆਊਟ ਮੈਂਟਲ ਹੈਲਥ। ਅਸੀਂ ਨਾ ਜਿਮ ਦੀ ਹੈਲਥ ਅਤੇ ਬਾਡੀ ਦੀ ਫਿਜ਼ੀਕ, ਅਸੀਂ ਇਹਨੂੰ ਹੈਲਥ ਸਮਝ ਰਹੇ ਹਾਂ, ਹੈ ਨਾ। ਅਤੇ ਇਹ ਨਾਰਾ ਇੱਕ ਬੜਾ ਜ਼ਰੂਰੀ ਹੈ ਕਿ ਜਦ ਤੱਕ ਮੇਰੀ ਮੈਂਟਲ ਹੈਲਥ ਨਹੀਂ ਠੀਕ ਨਾ, ਤਦ ਤੱਕ ਮੇਰੀ ਫਿਜ਼ੀਕਲ ਹੈਲਥ ਦੀ ਕੋਈ ਵੈਲਿਊ ਨਹੀਂ ਹੈ। ਸੋ ਅਸੀਂ ਸਮਾਜ ਦੇ ਵਿੱਚ ਨੇੜਤਾ ਲੈ ਕੇ ਆਈਏ, ਕਿਸੇ ਵੀਰ ਭੈਣ ਬੱਚੇ ਵੱਡੇ ਨੂੰ ਕੋਈ ਸਮੱਸਿਆ ਹੈ ਨਾ, ਉਹ ਸ਼ੇਅਰ ਕਰੋ। ਤਿੰਨ ਗੱਲਾਂ ਕਰਕੇ ਕੋਈ ਬੰਦਾ ਖੁਦਕੁਸ਼ੀ ਕਰਦਾ ਹੈ। ਪਹਿਲੀ ਗੱਲ, ਸ਼ੈਟਰਿੰਗ ਫੀਲਿੰਗ ਆਫ ਡਿਫੀਟ, ਕਿ ਵੀ ਮੈਂ ਹਾਰ ਗਿਆ, ਮੇਰਾ ਹੁਣ ਕੁਛ ਨਹੀਂ ਬਚਿਆ। ਦੂਸਰੀ ਗੱਲ, ਕੋਈ ਰਾਹ ਹੀ ਨਹੀਂ ਹੈ ਬਚਣ ਦਾ। ਤੀਸਰੀ ਗੱਲ, ਕੋਈ ਮੇਰੀ ਮਦਦ ਨਹੀਂ ਕਰ ਰਿਹਾ। ਜੇ ਤਿੰਨਾਂ ਵਿੱਚੋਂ ਇੱਕ ਵੀ ਚੇਂਜ ਹੋ ਜਾਏਗੀ, ਬੰਦਾ ਬਚ ਜਾਏ। ਲੇਕਿਨ ਜਿਹੜਾ ਪਲੈਨਡ ਸੁਸਾਈਡ ਹੈ, ਤੁਸੀਂ ਸੋਚ ਰਹੇ ਹੋ ਵੀ ਮੈਂ ਹੁਣ ਮਰਨਾ, ਮੈਂ ਇੱਦਾਂ ਮਰਾਂ, ਤੁਸੀਂ ਮੈਥਡ ਲੱਭ ਰਹੇ ਹੋ, ਹਫ਼ਤੇ ਤੋਂ ਮਹੀਨੇ ਤੋਂ ਸੋਚ ਰਹੇ ਹੋ, ਹੈ ਨਾ, ਉਹਨੂੰ ਜੇ ਤੁਸੀਂ ਸ਼ੇਅਰ ਕਰ ਲਓਗੇ, ਅਤੇ ਜੇ ਅਗਲਾ ਬੰਦਾ ਤਿਆਰ ਹੋਏਗਾ, ਟ੍ਰੇਨਡ ਹੋਏਗਾ, ਤੁਹਾਨੂੰ ਬਚਾ ਲਏ। ਕਿਸਾਨਾਂ ਦੇ ਵਾਸਤੇ ਕਈ ਸਰਵੇ ਵੀ ਕਰਾਏ ਸੀ, ਜੋ ਫਾਰਮਰ ਸੁਸਾਈਡ ਹੋ ਰਿਹਾ, ਕਿਸਾਨ ਜੋ ਆਤਮ ਹੱਤਿਆ ਕਰ ਰਿਹਾ। ਪਹਿਲਾਂ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ ਸੀਗਾ, ਪਰ ਅੱਜ ਜਦੋਂ ਆਪਣੇ ਹੱਕ ਲੈਣ ਵਾਸਤੇ ਕਿਸਾਨ ਜਿਹੜਾ ਦਿੱਲੀ ਧਰਨੇ 'ਤੇ ਬੈਠਾ, ਉਹ ਧਰਨਿਆਂ ਦੇ ਵਿੱਚ ਵੀ ਸੁਸਾਈਡ ਕਰ ਰਿਹਾ, ਚਾਹੇ ਉਹ ਭਾਵੁਕ ਹੋ ਕੇ ਕਰ ਰਿਹਾ। ਗਲਤ ਚੀਜ਼ ਹੋਣ ਲੱਗ ਗਈ ਹੈ ਧਰਨਿਆਂ ਦੇ ਉੱਤੇ, ਭਾਵੁਕ ਹੋ ਕੇ ਲੋਕ ਆਤਮ ਹੱਤਿਆ ਕਰਨ ਲੱਗ ਗਏ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ ਕਹਾਂਗਾ ਵੀ ਇਹ ਇੱਕ ਹਵਾ ਗਲਤ ਵਗ ਗਈ ਹੈ, ਇਹ ਸਾਡੇ ਗੁਰਮਤ ਵਿੱਚ ਇਹ ਪ੍ਰਵਾਨ ਨਹੀਂ ਹੈ। ਹਾਲਾਂਕਿ ਉਹ ਜਿਹੜੇ ਸੰਤ ਜੀ ਦਾ ਜ਼ਿਕਰ ਆ ਰਿਹਾ ਹੈ ਵੀ ਉਹਨਾਂ ਨੇ ਖੁਦਕੁਸ਼ੀ ਕੀਤੀ, ਮੇਰਾ ਮਨ ਨਹੀਂ ਮੰਨਦਾ। ਅਤੇ ਜੇ ਕੀਤੀ ਹੈ ਤਾਂ ਇਹ ਗੁਰਮਤ ਨਹੀਂ ਹੈ ਜੀ, ਕਿਉਂਕਿ ਇਸ ਤੋਂ ਵੱਡੀਆਂ ਮੁਸੀਬਤਾਂ ਸਾਡੇ 'ਤੇ ਪਹਿਲਾਂ ਵੀ ਆਈਆਂ ਸਨ, ਪਹਿਲਾਂ ਤਾਂ ਕਿਸੇ ਗੁਰਮੁਖ ਨੇ ਐਵੇਂ ਨਹੀਂ ਕੀਤਾ, ਹੈ ਨਾ। ਸਾਨੂੰ ਇਸ ਗੱਲ ਨੂੰ ਧਾਰਮਿਕ ਸੈਂਕਸ਼ਨ ਨਹੀਂ ਦੇਣੀ ਚਾਹੀਦੀ। ਦੂਸਰੀ ਗੱਲ, ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਜੇ ਖੁਦਕੁਸ਼ੀਆਂ ਨਾਲ ਸਰਕਾਰਾਂ ਹਿਲਦੀਆਂ ਹੁੰਦੀਆਂ ਤਾਂ ਹੁਣ ਤੱਕ ਇੰਨੇ ਖੁਦਕੁਸ਼ੀਆਂ ਹੋ ਗਈਆਂ ਨੇ, ਸਰਕਾਰਾਂ ਦੀ ਪਾਲਿਸੀ ਬਦਲ ਗਈ ਹੁੰਦੀ। ਨਹੀਂ, ਅਸੀਂ ਜੂਝਣਾ ਹੈ, ਸਾਡਾ ਧਰਮ ਜੂਝਣਾ ਹੈ। ਅਤੇ ਮੈਂ ਇਹ ਕਹਾਂਗਾ, ਇਹ ਜਿਹੜੀ ਇੰਡੀਵਿਜੁਅਲ ਫੀਲਿੰਗ ਕਿਸੇ ਦੇ ਮਨ 'ਚ ਆ ਜਾਂਦੀ ਹੈ ਨਾ, ਮੈਂ ਇਹਦੇ ਬਾਰੇ ਸਨਮ ਜੀ ਜਿਹੜੀ ਸਾਡੀ ਰਿਸਰਚ ਹੋਈ ਹੈ, ਤਿੰਨ ਗੱਲਾਂ ਕਰਕੇ ਕੋਈ ਬੰਦਾ ਖੁਦਕੁਸ਼ੀ ਕਰਦਾ ਹੈ। ਪਹਿਲੀ ਗੱਲ, ਸ਼ੈਟਰਿੰਗ ਫੀਲਿੰਗ ਆਫ ਡਿਫੀਟ, ਕਿ ਵੀ ਮੈਂ ਹਾਰ ਗਿਆ, ਮੇਰਾ ਹੁਣ ਕੁਛ ਨਹੀਂ ਬਚਿਆ। ਦੂਸਰੀ ਗੱਲ, ਕੋਈ ਰਾਹ ਹੀ ਨਹੀਂ ਹੈ ਬਚਣ ਦਾ। ਤੀਸਰੀ ਗੱਲ, ਕੋਈ ਮੇਰੀ ਮਦਦ ਨਹੀਂ ਕਰ ਰਿਹਾ। ਜੇ ਤਿੰਨਾਂ ਵਿੱਚੋਂ ਇੱਕ ਵੀ ਚੇਂਜ ਹੋ ਜਾਏਗੀ, ਬੰਦਾ ਬਚ ਜਾਏਗਾ। ਲੇਕਿਨ ਕੀ ਹੋਇਆ ਕਿ ਸਾਡੇ ਸਮਾਜ ਦੇ ਵਿੱਚ ਅਸੀਂ ਸਾਰੇ ਨਾ ਇੰਡੀਵਿਜੁਅਲਿਸਟਿਕ ਹੋ ਗਏ, ਬਿਲਕੁਲ ਅਸੀਂ ਸ਼ੇਅਰਿੰਗ ਨਹੀਂ ਕਰ ਰਹੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਾਰਾ ਦਿੱਤਾ ਹੈ, ਕਰੋਗੇ ਗੱਲ ਮਿਲੇਗਾ ਹੱਲ। ਜੀ, ਕੋਈ ਮੁਸ਼ਕਿਲ ਹੈ, ਕਿੱਡੀ ਵੱਡੀ ਮੁਸ਼ਕਿਲ ਹੈ, ਗੱਲ ਕਰੋ ਭਾਈ, ਸ਼ੇਅਰ ਕਰੋ। ਟਾਕਿੰਗ ਇਜ਼ ਹੀਲਿੰਗ, ਟਾਕਿੰਗ ਇਜ਼ ਥੈਰਾਪਿਊਟਿਕ। ਮੈਂ ਇਹ ਵੀ ਕਹਾਂਗਾ ਕਿ ਜਿਹੜੇ ਲੋਕਾਂ ਨੂੰ ਇਹ ਫੀਲ ਹੁੰਦਾ ਹੈ, ਮਰਨ ਦੇ ਵਿਚਾਰ ਆਉਂਦੇ ਨੇ, ਉਹ ਜ਼ਰੂਰ ਆਪਣੀ ਗੱਲ ਕਿਸੇ ਨੂੰ ਦੱਸਣ, ਆਪਣੇ ਪਰਿਵਾਰ ਵਿੱਚ, ਦੋਸਤ ਮਿੱਤਰ ਨੂੰ ਵੀ। ਮੇਰੇ ਅੰਦਰ ਵਾਰ ਵਾਰ ਇਹ ਥੋਟ ਆ ਰਹੇ ਨੇ, ਦੋ ਤਰ੍ਹਾਂ ਦੇ ਸੁਸਾਈਡ ਨੇ, ਇੱਕ ਹੈ ਇੰਪਲਸਿਵ, ਇੱਕ ਹੈ ਪਲੈਨਡ। ਇੰਪਲਸਿਵ ਨੂੰ ਰੋਕਣਾ ਔਖਾ ਹੁੰਦਾ ਹੈ, ਔਰ ਆਮ ਤੌਰ 'ਤੇ ਜਿਹੜੇ ਨਸ਼ੇੜੀ ਹੁੰਦੇ ਨੇ ਉਹ ਜ਼ਿਆਦਾ ਇੰਪਲਸਿਵ ਹੁੰਦੇ ਨੇ, ਉਹਨੂੰ ਰੋਕਣਾ ਔਖਾ ਹੁੰਦਾ। ਲੇਕਿਨ ਜਿਹੜਾ ਪਲੈਨਡ ਸੁਸਾਈਡ ਹੈ, ਤੁਸੀਂ ਸੋਚ ਰਹੇ ਹੋ ਵੀ ਮੈਂ ਹੁਣ ਮਰਨਾ, ਮੈਂ ਇੱਦਾਂ ਮਰਾਂ, ਤੁਸੀਂ ਮੈਥਡ ਲੱਭ ਰਹੇ ਹੋ, ਹਫ਼ਤੇ ਤੋਂ ਮਹੀਨੇ ਤੋਂ ਸੋਚ ਰਹੇ ਹੋ, ਹੈ ਨਾ, ਉਹਨੂੰ ਜੇ ਤੁਸੀਂ ਸ਼ੇਅਰ ਕਰ ਲਓਗੇ,
ਤੇ ਜੇ ਅਗਲਾ ਬੰਦਾ ਤਿਆਰ ਹੋਏਗਾ ਟ੍ਰੇਨਡ ਹੋਏਗਾ ਤੁਹਾਨੂੰ ਬਚਾ ਲਏਗਾ। ਬਿਲਕੁਲ, ਇਹਦੇ ਲਈ ਸਾਡੀ ਯੂਨੀਵਰਸਿਟੀ ਇੱਕ ਵਰਕਸ਼ਾਪਸ ਹੁਣ ਅਸੀਂ ਲਗਾ ਰਹੇ ਹਾਂ, ਸਾਈਕੋਲੋਜੀਕਲ ਫਸਟ ਏਡ। ਅਸੀਂ ਕਹਿੰਦੇ ਹਾਂ ਵੀ ਆਪਣਾ ਵੀ ਸੰਭਾਲ ਕਰੋ ਅਤੇ ਦੂਜਿਆਂ ਦੀ ਵੀ ਸੰਭਾਲ। ਬਿਲਕੁਲ, ਨੋ ਹੈਲਥ ਵਿਦਆਊਟ ਮੈਂਟਲ ਹੈਲਥ। ਅਸੀਂ ਨਾ ਜਿਮ ਦੀ ਹੈਲਥ ਅਤੇ ਬਾਡੀ ਦੀ ਫਿਜ਼ੀਕ, ਅਸੀਂ ਇਹਨੂੰ ਹੈਲਥ ਸਮਝ ਰਹੇ ਹਾਂ, ਹੈ ਨਾ। ਅਤੇ ਇਹ ਨਾਰਾ ਇੱਕ ਬੜਾ ਜ਼ਰੂਰੀ ਹੈ ਕਿ ਜਦ ਤੱਕ ਮੇਰੀ ਮੈਂਟਲ ਹੈਲਥ ਨਹੀਂ ਠੀਕ ਨਾ, ਤਦ ਤੱਕ ਮੇਰੀ ਫਿਜ਼ੀਕਲ ਹੈਲਥ ਦੀ ਕੋਈ ਵੈਲਿਊ ਨਹੀਂ ਹੈ। ਸੋ ਅਸੀਂ ਸਮਾਜ ਦੇ ਵਿੱਚ ਨੇੜਤਾ ਲੈ ਕੇ ਆਈਏ, ਕਿਸੇ ਵੀਰ ਭੈਣ ਬੱਚੇ ਵੱਡੇ ਨੂੰ ਕੋਈ ਸਮੱਸਿਆ ਹੈ ਨਾ, ਉਹ ਸ਼ੇਅਰ ਕਰੋ, ਅਤੇ ਜਿਹੜਾ ਸ਼ੇਅਰ ਕਰੇਗਾ ਉਹ ਬਚ ਜਾਏਗਾ। ਅੱਛਾ, ਇੱਕ ਹੋਰ ਕਮਾਲ ਦੀ ਗੱਲ, ਜਿਹੜੇ ਲੋਕਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਏ, ਨਹੀਂ ਮਰੇ, ਟਾਈਮ ਨਾਲ ਹੈਲਪ ਮਿਲ ਗਈ, ਬਚ ਗਏ, ਜਦੋਂ ਉਹਨਾਂ ਕੋਲ ਪੁੱਛਿਆ ਗਿਆ ਨਾ, 100% ਲੋਕਾਂ ਨੇ ਇਹ ਕਿਹਾ, ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸੱਚੀ ਮੁੱਚੀ ਮਰਨਾ ਚਾਹੁੰਦੇ ਸੀ ਜਾਂ ਹੁਣ ਮਰਨਾ ਚਾਹੁੰਦੇ ਹੋ, ਕਹਿੰਦੇ ਨਹੀਂ ਅਸੀਂ ਮਰਨਾ ਨਹੀਂ ਚਾਹੁੰਦੇ ਸੀ, ਅਸੀਂ ਉਸ ਸਿਚੁਏਸ਼ਨ 'ਚੋਂ ਨਿਕਲਣਾ ਚਾਹੁੰਦੇ ਸੀ। ਤਾਂ ਸਰ ਇੱਥੇ ਤੁਹਾਡਾ ਉਹ ਵੀ ਫਾਰਮੂਲਾ ਕੰਮ ਆਏਗਾ ਕਿ ABC ਵਾਲਾ ਜੋ ਫਾਰਮੂਲਾ ਕਿ ਜਿਹੜੇ ਬੰਦੇ ਨੂੰ ਲੱਗਦਾ ਕਿ ਉਹ ਹਾਰ ਗਿਆ, ਉਹ ਹੁਣ ਕੁਛ ਨਹੀਂ ਕਰ ਸਕਦਾ, ਉਹ ਬਾਊਂਸ ਬੈਕ ਵੀ ਕਰੇ, ਬਾਊਂਸ ਬੈਕ ਵੀ ਕਰੇ, ਇਹ ਵੀ ਕਰੇ ਜੀ। ਇਹ ਦਾ ਮਤਲਬ ਹੈ ਅਸੈਪਟ ਕਰੇ, ਕੋਈ ਮੁਸ਼ਕਿਲ ਆ ਗਈ ਅਸੈਪਟ ਕਰੇ, ਫਿਰ ਕੀ ਹੋਇਆ ਮੁਸ਼ਕਿਲ ਆ ਗਈ, ਹੈ ਨਾ। ਅਸੈਪਟ ਵੀ ਕਰੇ, ਬਾਊਂਸ ਬੈਕ ਵੀ ਕਰੇ, ਅਤੇ ਫਿਰ ਕ੍ਰੀਏਟਿਵ ਵੀ ਹੋਵੇ, ਆਪਣੀ ਸਮੱਸਿਆ ਦਾ ਆਪਣਾ ਹੱਲ ਲੱਭੇ। ਕਿਸੇ ਨੇ ਤੁਹਾਡੀ ਸਮੱਸਿਆ ਨਹੀਂ ਲੱਭਣੀ ਜੀ, ਹੱਲ ਨਹੀਂ ਲੱਭ ਸਕਣਾ, ਕਿਉਂਕਿ ਅਸੀਂ ਕੀ ਹੁੰਦਾ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਨਾ, ਅਸੀਂ ਵਨ ਸਾਈਡਿਡ ਸੋਚਦੇ। ਬਿਲਕੁਲ, ਅਸੀਂ ਦੂਜੀ ਬਲਿੰਕਰ ਜਿਵੇਂ ਘੋੜੇ ਦੇ ਅੱਗੇ ਲੱਗਿਆ ਹੁੰਦਾ ਨਾ, ਲਾਏ ਹੁੰਦੇ ਨੇ, ਉਹ ਕਿਤੇ ਨਹੀਂ ਦੇਖ ਸਕਦਾ ਘੋੜਾ, ਅਸੀਂ ਵੀ ਇੱਕੋ ਹੀ ਪਾਸੇ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਉਹ ਬਲਿੰਕਰਸ ਹਟਾ ਦੇਣੇ ਚਾਹੀਦੇ ਨੇ, ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹਦੇ ਪੋਜ਼ਿਟਿਵ ਐਸਪੈਕਟ ਵੀ ਹੈਗੇ ਨੇ, ਇਹਦਾ ਇੱਕ ਦਰਵਾਜ਼ਾ ਬੰਦ ਹੋਇਆ ਨਾ, ਕਈ ਦਰਵਾਜ਼ੇ ਖੁੱਲ੍ਹੇ ਵੀ ਹੈਗੇ ਨੇ ਨਾ, ਹੈ ਨਾ। ਸੋ ਅਗਰ ਇਸ ਤਰ੍ਹਾਂ ਦੀ ਸੋਚ ਹੋਏਗੀ, ਇਹ ਸਾਡਾ ਸਮਾਜ ਟ੍ਰੇਨਡ ਹੋਏਗਾ, ਅਤੇ ਮੈਂ ਸੋਚਦਾ ਇਹ ਖੁਦਕੁਸ਼ੀਆਂ ਜ਼ਰੂਰ ਰੱਕਣਗੀਆਂ, ਘਟਣਗੀਆਂ, ਔਰ ਇਹਦੇ ਲਈ ਸਾਰੇ ਸਮਾਜ ਨੂੰ ਰਲ ਕੇ ਉਪਰਾਲੇ ਕਰਨੇ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਰਬਜੀਤ ਸਿੰਘ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ, ਅਤੇ ਆਪਣੇ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਕਿਵੇਂ ਦੇ ਬਦਲਾਅ ਤੁਹਾਨੂੰ ਲਿਆਉਣੇ ਚਾਹੀਦੇ ਨੇ, ਕਿਵੇਂ ਦੇ ਪ੍ਰਣ ਲੈਣੇ ਚਾਹੀਦੇ ਨੇ, ਕਿਸ ਤਰ੍ਹਾਂ ਨੈਗੇਟਿਵਿਟੀ ਤੋਂ ਦੂਰ ਰਹਿਣਾ ਚਾਹੀਦਾ, ਜਿਨ੍ਹਾਂ ਨੇ ਦੱਸਿਆ ਸੀ। ਜ਼ਰੂਰ ਆਸ ਕਰਦੇ ਹਾਂ ਲੋਕਾਂ ਨੂੰ ਕਿ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੋਈ ਪ੍ਰਣ ਲੈਣਗੇ, ਇੱਕ ਟਾਰਗੇਟ ਸੈੱਟ ਕਰਨਗੇ ਕਿ ਮੈਂ ਇਸ ਸਾਲ ਦੇ ਵਿੱਚ ਇਹ ਟਾਰਗੇਟ ਅਚੀਵ ਕਰਨਾ, ਚਾਹੇ ਉਹ ਟਾਰਗੇਟ ਕੋਈ ਵੀ ਹੋਵੇ, ਲੋਕ ਇੱਕ ਟਾਰਗੇਟ ਬਣਾਉਣਗੇ ਕਾਪੀ ਪੈੱਨ ਲੈ ਕੇ। ਜ਼ਰੂਰ ਅਸੀਂ ਵੀ ਲੋਕਾਂ ਨੂੰ ਕਹਿੰਦੇ ਹਾਂ ਕਿ ਆਪਣੇ ਟਾਰਗੇਟ ਲਿਖੋ ਕਿ ਮੈਂ ਪਿਛਲੇ ਸਾਲ ਕੀ ਨਹੀਂ ਕੀਤਾ, ਅਤੇ ਇਸ ਸਾਲ ਦੇ ਵਿੱਚ ਮੈਂ ਉਹ ਕੀ ਕਰਨਾ ਅਤੇ ਕਿਵੇਂ ਕਰਨਾ। ਤਾਂ ਵਧੇਰੇ ਅਪਡੇਟਸ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਲੁਧਿਆਣਾ ਟਾਈਮ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਬਲਿਕ ਟਾਈਮਸ, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।